वाहगुरु 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 जुड़ो वाहगुरु 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 खोल के वाहगुरु 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 जुड़ो जुड़ो वाहगुरु 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 जुड़ो जियो जियो वाहगुरु 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 सारे बोलो उची बचो जपो जपो वे भागा वाले वाहगुरु नाम वाहगुरु 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 जी दंडवत बंदन अनुकबार सारे पढ़ो उची उची बोलो दंडवत बंदन अनुकबार सर्व कला सारे की आवाज आवे सर्व कला राजान राज पहनान पहान दीवान देव उपमा महान धन साहब श्री गुरु ग्रंथ साहब पिता जी सर्व कला समरत डोलन ते रखो प्रभु नानक दे कर नानक दे कर हथ अगम अगोचर सच साहेब मेरा नानक बोले बलाया तेरा नानक बोले बलाया तेरा वाहिगुरु जी का खालसा वाहिगुरु जी की फतेह गजवज के आखो जी वाहिगुरु जी का खालसा वाहिगुरु जी की फतेह। अज अमृत वेले का हरिमंदर साहब का हुक्म सुनिया किसी ने हाथ खड़ा करोगे नहीं अज का हुक्मनामा सी जो मैं भैणा नूं कह रहा सा ना वाहिगुरु बोलो ते पिता जी ने कहा मैं सवेर का दस्या तेनू भी हर जी ओ कृपा करे ना पुत ना ओ मेरे लाल पहले वाले जगह नहीं थोड़ा जगह हर जी ओ कृपा इको भी बंद करनी हर जी ओ कृपा करे बोलो भला तुसी भी उच्चो अंदरों बोलो हर जी ओ जे परमेश्वर जीव दे उते कृपा करे ता नाम ते आइए जीओ ता जे वाहिगुरु साडे ते कृपा करे ता साडे मुंह चो निकल सकदा वाहिगुरु 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 कृपा हो गई गुरु वाहिगुरु 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 गुरु वाहिगुरु 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 गुरु वाहिगुरु 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 वाहगुरु 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 गुरु वाहगुरु 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 वाहगुरु
अलताब जी ने पक्की होगी भी हर जियो कृपा करे बोलो भला सारे जिन्हें जिन्हें सुगनी आगे महाराज का हुक्मनामा हर जियो कृपा करे ते चुगलियां नहीं करी दी चुगलियां होंदिया भी नहीं निंदा बुरियाई वकीली के बचन होंगे भी नहीं फिर जो कृपा हो जाए फिर श्वास श्वास मुँह चो वाहिगुरु 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 ता नाम ता जीव आत्मा नाम जपना शुरू कर दी जो परमेश्वर की इतने कृपा हो जाए सुमनी साहब वाली रूह जड़िया सुमनी साहब पढ़दिया वो रोज पढ़ते आप जप आए जिन्हू वाहिगुरु आप जपे सो नाओ वो वाहिगुरु जपदा जिन्हों आप वाहिगुरु आप गवाए ए गीत वाहिगुरु के नाम का वह गाँदा है आप गवाए सो हर गुण गाओ वो हरी दे गीत गाँदा जिते धन गुरु ग्रंथ साहब महाराज मेहरबान हो गए ਇਹਦੇ ਵਿੱਚੋਂ ਬਹੁਤ ਕੁਝ ਲੱਭਦਾ ਹੈ ਗੁਰੂ ਕੇ ਸਿੱਖੋ ਮਨ ਨੂੰ ਟਕਾ ਕੇ ਸੁਰਤੀ ਬਿਰਤੀ ਨੂੰ ਟਕਾ ਕੇ ਸੁਣੋ ਅਸੀਂ ਸੋਚਦੇ ਹਾਂ ਜੇ ਸਾਡੇ ਬੱਚੇ ਬਾਹਰ ਚਲੇ ਗਏ ਨੇ ਸਾਡੇ ਕੋਲ ਗੱਡੀਆਂ ਨੇ ਸਾਡੇ ਕੋਲ ਘਰ ਆ ਤੇ ਸਾਡੇ ਤੇ ਗੁਰੂ ਦੀ ਕਿਰਪਾ ਹੋ ਗਈ ਨਹੀਂ ਗੁਰੂ ਆ ਬਚਨ ਟੁਕਰਾ ਸਾਡੇ ਤੇ ਗੁਰੂ ਦੀ ਕਿਰਪਾ ਹੋ ਗਈ ਤੇ ਉਹ ਤੁਸੀਂ ਬੋਲੋ ਸਾਡੇ ਬੱਚੇ ਬਾਹਰ ਚਲੇ ਗਏ ਸਾਡੇ ਕਾਰੋਬਾਰ ਚੱਲ ਪਏ ਸਾਡਾ ਘਰ ਵੱਡਾ ਬਣ ਗਿਆ ਵੱਡੀ ਗੱਡੀ ਆ ਗਈ ਭਾਜੀ ਹੁਣ ਤੇ ਗੁਰੂ ਜੀ ਸਾਡੇ ਤੇ ਬੜੀ ਨਾ ਨਾ ਭੁਲੇਖੇ ਚ ਨਾ ਰਹੋ ਨਾ 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 ਵੱਡੀ ਗੱਡੀ ਆਦਮੀ ਕਿਰਪਾ ਦੀ ਨਿਸ਼ਾਨੀ ਨਹੀਂ ਵੱਡਾ ਘਰ ਮਿਲਣਾ ਵੱਡੀ ਕਿਰਪਾ ਦੀ ਨਿਸ਼ਾਨੀ ਨਹੀਂ ਹੈ ਤੁਹਾਡੇ ਹੱਥ ਵਿੱਚ ਚੰਗੇ ਚੰਗੀਆਂ ਮੁੰਦਰੀਆਂ ਸੋਨੇ ਦੀਆਂ ਤੇ ਗਲਾਂ ਚ ਚੈਨ ਤੇ ਹੱਥਾਂ ਚ ਕੜੇ ਇਹ ਕਿਰਪਾ ਦੀ ਨਿਸ਼ਾਨੀ ਨਹੀਂ ਕਿਰਪਾ ਦੀ ਨਿਸ਼ਾਨੀ ਹੈ ਸਿੱਖ ਦਾ ਅੰਮ੍ਰਿਤ ਵੇਲੇ ਉੱਠਣਾ ਇਹ ਕਿਰਪਾ ਦੀ ਨਿਸ਼ਾਨੀ ਆਖੋ ਵਾਹਿਗੁਰੂ ਸਿੱਖ ਦਾ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਇਸ਼ਟ ਨੂੰ ਆਪਣੇ ਗੁਰਦੇਵ ਨੂੰ ਯਾਦ ਕਰਨਾ ਇਹ ਕਿਰਪਾ ਦੀ ਨਿਸ਼ਾਨੀ ਹੈ ਆਖੋ ਵਾਹਿਗੁਰੂ ਲਿਖਿਆ ਸ਼ਬਦ ਵੇਖੋ ਕਿੰਨਾ ਸੋਹਣਾ ਸਪਸ਼ਟ ਆ ਹਰ ਜੀਓ ਕਿਰਪਾ ਜਿਹਦੇ ਤੇ ਹਰੀ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ ਵਾਹਿਗੁਰੂ ਦਾ ਨਾਮ ਜਪਣਾ ਜੀਵ ਬੱਚੇ ਤੀਆਂ ਪੁੱਤਰ ਪਰਿਵਾਰ ਸਾਰਾ ਕੀ ਕਰਨ ਲੱਗ ਪੈਂਦਾ ਸੁਖੀ ਬੱਸੇ ਸੇਵਕ ਸਿੱਖ ਸਭੈ ਮੋਰ ਅੱਛਾ ਨਿਜ ਕਰ ਦੇ ਕਰਿਆ ਸਭ ਬੈਰਨ ਕੋ ਅੱਗੇ ਵੇਖੋ ਕਿਰਪਾ ਦੀ ਨਿਸ਼ਾਨੀ ਤੋਂ ਬਾਅਦ ਸਾਰੀ ਕੁਝ ਕਹਿ ਕੇ ਪੂਰਨ ਹੋਏ ਹਮਾਰੀ ਆਸਾ ਪਿਤਾ ਜੀ ਕੀ ਪੂਰਨ ਹੋਏ ਇਹ ਨਹੀਂ ਵੀ ਆਸਾ ਕੋ ਜੋ ਮੈਂ ਗਿਣਾਇਆ ਨਹੀਂ 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 ਮੇਰੇ ਪਰਿਵਾਰ ਨੂੰ ਮੇਰੀ ਨੂੰਹ ਨੂੰ ਮੇਰੀ ਧੀ ਨੂੰ ਮੇਰੇ ਜਵਾਈ ਨੂੰ ਮੇਰੇ ਪੁੱਤਰ ਨੂੰ ਤੋਰ ਭਜਨ ਕੀ ਰਹੇ ਮੇਰੇ ਤੇ ਹੋਰ ਕਿਰਪਾ ਕਰੀ ਇਸ ਏਰੀਏ ਦੇ ਵਿੱਚ ਵੀ ਹੋਰ ਵੀ ਪੰਜਾਬ ਦੇ ਵਿੱਚ ਥਾਂ ਥਾਂ ਤੇ ਬਣੀਆਂ ਹੋਈਆਂ ਕਬਰਾਂ ਤੇ ਮੇਰੇ ਮੱਥੇ ਬੱਚੇ ਮੱਥਾ ਨਾ ਟੇਕਣ ਤੁਮੇ ਸ਼ਾਦ ਕੋਈ ਜੋ ਵਰ ਚਾਹੂੰ ਗਰੀਬ ਨਵਾਜ਼ ਜੋ ਮੈਨੂੰ ਚਾਹੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਆਂ ਗੱਲ 'ਚ ਬਾਹਵਾਂ ਪਾ ਕੇ ਪਿਓ ਵਾਂਗੂੰ ਪਿਆਰ ਕਰਕੇ ਆਖੋ ਏ ਗੁਰੂ ਬਾਪ ਨੂੰ ਪਿਆਰ ਭਰ ਕੇ ਮੈਂ ਆਪਣੇ ਬਾਪ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਅੱਖਾਂ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਕਰਤਾ ਤੇਰੇ ਜੇ ਤੇਰੇ ਘਰ ਸਭ ਕੁਛ ਹੈਗਾ ਮੈਂ ਕਬਰ 'ਤੇ ਕਿਉਂ ਜਾਵਾਂ ਮੈਂ ਬਾਬਿਆਂ ਕੋਲ ਕਿਉਂ ਜਾਵਾਂ ਆਖੋ ਏ ਗੁਰੂ ਮੈਂ ਸਾਧਾ ਮੈਂ ਸਮਝ ਰਹੇ ਧੀਓ ਮੈਂ ਪੰਡਤਾਂ ਸਾਧਾਂ ਕੋਲ ਕਿਉਂ ਜਾਵਾਂ ਜਿਹਨੂੰ ਮੈਨੂੰ ਪਤਾ ਹੈ ਵੀ ਘਰ ਤਾਂ ਤੇਰੇ ਇੱਥੋਂ ਹੀ ਪੁੱਤ ਮੰਗਾ ਇੱਥੋਂ ਧੀਆਂ ਮੰਗਾ ਇੱਥੋਂ ਸਰਦਾਰੀ ਮੰਗਾ ਇੱਥੋਂ ਦੇਹ ਰੋਗਤਾ ਦੀ ਦਾਤ ਮੰਗਾ ਜਿੱਦਣ ਕਿਤੇ ਉਹਦੀ ਕਿਰਪਾ ਹੁੰਦੀ ਮੇਰੀ ਉਹ ਧੀਓ ਵੀਰੋ ਗੁਰਸਿੱਖੋ ਅੱਜ ਸਾਡੀ ਬਹੁਤ ਵੱਡੇ ਸੈਨ ਗਲਤ ਆਉਂਦੇ ਨੇ ਵੀ ਅਸੀਂ ਕਬਰ ਦੇ ਉੱਤੇ ਮੇਲੇ 'ਤੇ ਵੀ ਜਾਂਦੇ ਹਾਂ ਆਖੋ ਵਾਹਿਗੁਰੂ ਅਸੀਂ ਪੰਡਤਾਂ ਦੇ ਬਣਾਏ ਹੋਏ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਮੂਲੀਅਤ ਕਰਦੇ ਹਾਂ ਉੱਥੋਂ ਵੀ ਪ੍ਰਸ਼ਾਦ ਲੈ ਲੈਂਦੇ ਹਾਂ ਕਬਰਾਂ ਦਾ ਪ੍ਰਸ਼ਾਦ ਵੀ ਲੈ ਲੈਂਦੇ ਕਦੀ ਗੁਰੂ ਨੂੰ ਪੜ੍ਹ ਕੇ ਵੇਖੋ ਜੈ ਤੈ ਕਾ ਖਾਵੇ ਪ੍ਰਸ਼ਾਦ ਫਿਰ ਮੈਂ ਕਿਹਨੂੰ ਸੁਣਾਉਂਦਿਆਂ
जै तै का खावे प्रसाद, इहदा मतलब की भला? हां जी तुसी सारे बोलो, जै तै का जिथों तिथों का, जिथे कोई कबर ते मिठे चौल मिलने वाले, मिठे चौल मिलने कितों? आ बच्ची तू दस, कबर तो मर गए लोगों दी कबर बनिया, उतों भी प्रसाद लै लिया, किसी पिपल के थले किसी ने थोड़ा संदूर रख के प्रसाद वंडिया, उतों भी लैके लिया। मेरा बाबा कहिंदा गुरु गोबिंद सिंह साहब पातशाह पिता जी, जै तै का खावे प्रसाद सो सिख नहीं अंत अर आद। अंत आद तो लैके मैं कदी डायरी च उस सिख का नाम लिखिया ही नहीं भी ये मेरा सिख है, जिथों मर्जी लिख के प्रसाद कर। सिख का प्रसाद आ श्री कड़ा प्रसाद आखो है कि जी बोलो कितना बने। इतरों शुरू किया बनाना ना कुछ तरह ना बैठा, मैं इतरों बनाना शुरू किया। इधरों सिख ने किसी इनान करके सानू नहीं पता हूं गुरुद्वार के भाई कितना बनाते, मेरा मैटर वो नहीं बनाने का, जो सा वे है कि केसी इनान सिख करे, केसी इनान करके ज्यो ज्यो खुर्चा फेरी जाए बिच प्रसाद दे दे, त्यों तो कहे मन्ने की गत कही ना जाए, जे को कहे पिछे पुछताए, कागज कलम न लिखन हार, मन्ने का वैकरण विचार, ऐसा नाम निरंजन होए, जे को मन जाने मन कोए, मन्ने सुरत होए मन बुद्ध, मन्ने सगल पण की, मन्ने मोह चोटा ना खाए, मन्ने जमके ऐसा नाम, जे को ओदे विचो पड़े पंच प्रवान, पंच प्रधान, पंचे पावे दरगे मान, पंचे ए साडा प्रसाद है, ए साडे ते कृपा वरी है। ये सोचना शुरू करो, बहुता नहीं इन्ने मैं आप जी नूं अज कहना भी अज दे दीवान च तुसी हथ खड़े करके मेरिया धीआं मेरे वीर कहोगे भी कबर भावे सोने की बनी होवे, असीं गुरु ग्रंथ साहब तो बिना कितें मत्था नहीं टेकांगे। कहो भला बोले सोनियाल, तुसी हुण अपने गुरु दे कैमरे च फोटो लवा दी, मेरिया अखां च नहीं गुरु दे कैमरे च लथी। गुरु दा कैमरा की है? आ सिख दी अख दे पिछे बैठा, वह फोटो खिंच लिया, वो वेखे, वो तुहानू सारे नू वेख रहा है मगर तुहानू नजर नहीं आ रहा, बहुता ये ते तुहाडियां अखां दे विच बैठा होया, अखी अंदर वेखदा, अख दे अंदर बैठा वेख रहा कि ऐस मेरी धी ने इनको तां मिले, हाँ इस मेरी धी ने अज मेरी हजूरी च हथ खड़े किते ने, कि कबर भावे सोने की होवे मैं उत्थे मत्था नहीं टेकना, मरे दा मैं अपाचक नहीं। आखो वाहेगुरू, कादा अपाचक नहीं? मरे दा नहीं, जीवते को जीवता मिले, ये गुरु जिंदा है जागदा है। आखो वाहेगुरू, सुनदा कौन है वेखदा कौन है? जिहड़ा जिंदा होवे, ते मेरा गुरु साध सुनदा साध वेखदा हर एक दी गल, कौन सुन मरिया कुछ, ते जिहड़े मरे पए कबरां च तुहाडी कितना सुन लेंगे, तुहाडे दुख सुख नूं कबरां दे विच पिया होया जिहड़ा पता नहीं कोई मरिया भी है कि नहीं, वैसे इट्टां रखतियां। आखो वाहेगुरू, उत्थे मत्था टेकन वाले नूं कुछ नहीं मिलना। मेरी हाथ जोड़ के बेनती है, समय की लोड़ है, मैं तां को कह रहा जिउंदे नूं मिलो, ये जिउंदा जागदा गुरु है, जिउंदे की की निशानी होंदी है? सुनदा भी ते बोलदा भी। आखो वाहेगुरू, जदों तुसी हुक्मनामा लिया गुरु बोलिया नहीं, बलो बलो जदों तुसी धीओ सुन रहे हो कि शोर ही इन्ना सुनदा नहीं, अंदरला शोर बंद है, अंदरला शोर बंद होया कि नहीं, बोलो कुछ समय लिए अंदरों चुप हो जाओ, जिउंदे की यह निशानी होंगी भी जिउंदा सुनदा भी आ ते जिउंदा वेखदा भी आ। आखो वाहेगुरू, ये मेरा सतगुरु तुहानू इत्थे बैठा वेख रहा कि नहीं, बोलो तुसी मेरे को डरदे इस तरह कीता, बोलो नहीं नहीं मैं होर कुछ कहा, जिहड़ा तुसी इस तरह चौंकड़ा मार के बैठे, तुसी कह दो चौंकड़ा मार के इस तरह बैठे हो, मेरे को डरदे बैठे हो, साहब दे कोल बैठे हो। आखो वाहेगुरू, जिहड़े उत्थे ना गल्लां करो पीली पग वाले की गल होगी, सुनो जदों जज दे कमरे च कोई बैठा हुंदा, आखो वाहेगुरू, जज कोलों डरदे कि कलरकां कोलों डरदे?
जज को डरते लोग जे पग भी सीधी करनी हो हथ नहीं तो चुकते भी जज साहब वेख रहे इतने भी थोड़ा तो वेखे तो विकसे कर विचार एक गुरु वेख भी रहा है तो बारे विचार भी कर रहा आ मेरी धी कि बैठी ए तेरी मेरी धी कि शांत होकर बैठी मेरे बोल सुन रही जीवते को मुए को मरिया दिया कबर से जाने वाले भी बथेरे। मैं आप जी बेनती करा अज जूझा की कहानी हो रही साहबजादे अखवाहे गुरु बाबा फतेह सिंह साहब जी ते बाबा जोरावर सिंह साहब जी तानू अज कदी कदी महसूस होए भी वो मर गए सी कदी बोलो अज भी तानू उतना ही महसूस नहीं होता भी जूंदे ने साडे कोल ने साडे नाल ने ते फिर एक होर जार करामात वेखो अखवाहे गुरु तानू कदी केतन तक फुटन नू गणी होगी 300 साल पुराने ए शहीदी इतिहास के जेडे नायक सी उदो हुण बुढ़े हो गए होंगे नहीं पता लगा म्याणी वाले तानू भी अज चिट्टे दाड़े होंगे अज भी गोल पग वाले सैकटरी साहब अज भी पुत्रां दे लगते ने 7-9 साल दे साहब मेरा नीत नवा ते साहब के पुत भी नीत नवे ने अज भी ओही उम्र दिसदी क्योंकि वह मरे नहीं जिंदे ने एक गुरबाणी का वचन है जे तुसी सुन लो टिक गए हो आनंद आने लग पिया सोहने गुरु के सिख बैठे हो जीवत भय बोलो अर्थ की बनो जिंदे हो गए जेह जीवत जपया जेह जीवत जपया नहीं पता लगा जी नहीं ऐसे ना सिर हिलाना जीवदे हो गए जिन्हां ने जिउंदे नूं जपया जिउंदे नूं जपया ते जिउंदा कौन है वाहिगुरु परमेश्वर अकाल पुरख तो बिना सारी होमे विच जग मुआ ते मरदो मरदा जाए मरदो होमे नाल सारी दुनिया मरी पई ते नेता प्रति जेडे थोड़े बहुते ने उन्हां नूं भी होमे हंकार हो जांदी ओह भी मरदे जांदे इको जिउंदा है आखो वाहिगुरु उच्ची बोलिया करो हाजिर रहो थोड़े थोड़े मिनट बाकी आ 20 मिनट मेरे ढाडी संघ लै गए तुसीं सुन लो असीं अगे भी जाणा आखो वाहिगुरु हथ जोड़ के बेनती चंगी तरह ध्यान नाल सुणो ओह लोकी जिउंदे हुंदे ने जिहड़े जिउंदे नूं जपदे ने आखो वाहिगुरु ते तुसीं जिउंदे वाहिगुरु परमेश्वर दे नाल जुड़े हो साहिबजादे जिउंदे ने माता गुजर कौर जी अज भी जिउंदे ने किसी दे खर ख्याल नहीं कमाल की गल इतिहास बोल बोल के कह रहा भी माता पूरी होगी माता शहादत पा गई मगर केड़ी अंदर चीज है जिहड़ी मन दी नहीं भी मां मरी नहीं मां अजे भी जिंदा है हाजिर हो कि नहीं बोलो ना महसूस हुंदा कि वैसे बोल रहे मेरे कण ते महसूस हुंदा कि नहीं अंदर कोई चीज बैठी जिहड़ी कह रही भी माता अजे ते रहिंदी दुनिया तक ना मरनी है भी होसी जाए रतना दिन ओदे रूप जिहड़े ओदे नाल जुड़े ने हैगे भी ने होणगे भी ते सदा रहणगे माता गुजर कौर जी बाबा की गल हुई बच्चिया ने कुछ गल दसो सुनो माता गुजर कौर जी मरे नहीं जिंदे ने जपया किनू सी जिंदे नू ते जिहड़ा बंदा जिंदे नू जपदा है ना आखो वाहिगुरु वो कभी मरदा नहीं जीवत पै जहे जीवत जपया जीवत पै जिहे जिहे का मतलब जिन्हां ने जिउंदे ने जपिया ते जिहड़े जपणगे कबरां वाले नूं आ साडे दो तीन कलाकारां ने आखो वाहिगुरू साडे दो तीन कलाकारां ने साडी कौम दे बच्चे उत्थे कपूरथले खड़के कि नकोदर खड़के किसे कबर ते बहाते आखो वाहिगुरू ते ओहदी फलाना शाह जी ढींगड़ा शाह जी हथ जुड़ के बेनती समझण दी कोशिश करियो किसी की निंदा नहीं है गुरु नानक का घर है आखो वाहिगुरु मगर उन्होंने कलाकार ने सानू लुटिया भी साडे बच्चे नशिया ते भी लाए आखो वाहिगुरु ते थोड़े दिन पहलो हुण उस कलाकार नू इत्थे किसी दरिया के कंडे ते बैठे बाबे के सामने भेजिया मैं ना नहीं जी लिया किसी का दरिया के कंडे बैठे किसे बोलो बाबे दे विच बालिया
ਤੇ ਕਹਿੰਦੇ ਜੀ ਬਾਬੇ ਦੇ ਸਾਹਮਣੇ ਬਹਿ ਕੇ ਉਹਦੀ ਜ਼ਬਾਨ ਹੀ ਨਹੀਂ ਖੁੱਲੀ, ਉਹਦੀ ਜ਼ਬਾਨ ਪਿੱਛੇ ਚਲੇ ਗਈ। ਦਾਸ ਨੇ ਲਾਈਵ ਵਿੱਚ ਕਿਹਾ ਸੀ ਮੈਨੂੰ ਵਾਲੋ ਬਾਬੇ ਸਾਹਮਣੇ, ਗੁਰੂ ਗ੍ਰੰਥ ਸਾਹਿਬ ਦੇ ਭਰੋਸੇ ਤੇ ਆਖੋ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਨੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦੇ ਭਰੋਸੇ ਤੇ ਮੈਨੂੰ ਵਾਲੋ ਉਸ ਬਾਬੇ ਦੇ ਸਾਹਮਣੇ, ਮੇਰੀ ਜ਼ਬਾਨ ਖਿੱਚ ਕੇ ਵਿਖਾਏ। ਉਹ ਭੇਜਿਆ ਹੀ ਇੱਕ ਐਸੇ ਕਾਰਨ ਸੀ ਵੀ ਜਿਤਨਾ ਲਾਡੀ ਸ਼ਾਹ ਨੂੰ ਮਸ਼ਹੂਰ ਕੀਤਾ ਹੈ, ਜਿਤਨਾ ਫਲਾਣੇ ਨੂੰ ਮਸ਼ਹੂਰ ਕੀਤਾ ਹੈ, ਹੁਣ ਐਸ ਬਾਬੇ ਨੂੰ ਮਸ਼ਹੂਰ ਕਰੋ। ਸਮਝਦੇ ਹੋ, ਗੁਰੂ ਕਹਿ ਸਕਾ ਕਿਸੇ ਦੀ ਜ਼ਬਾਨ ਨਹੀਂ ਖਿੱਚੀ ਗਈ, ਤੇਰੀ ਜ਼ਬਾਨ ਦਿੱਲੀ ਵਾਲਿਆਂ ਖਿੱਚ ਲਈ, ਕਿਸੇ ਦੀ ਜ਼ਬਾਨ ਨਹੀਂ ਖਿੱਚੀ ਜਾਂਦੀ। ਮੇਰਾ ਸਾਹਿਬ ਜਿਉਂਦਾ ਜਿਸ ਕੇ ਸਿਰ ਉੱਪਰ, ਸੋ ਬੋਲ ਨਾ ਜਾਣੇ ਤੇ ਮਰਨਾ, ਮਰਨਾ ਚੇਤੇ ਵੀ ਨਹੀਂ ਆਉਣ ਦਿੰਦਾ ਉਸ ਗੁਰੂ ਕੇ ਸਿੱਖ ਨੂੰ ਜਿਹਦੇ ਸਿਰ ਤੇ ਉਹਦਾ ਹੱਥ ਹੋਵੇ। ਆਪਾਂ ਸਾਹਿਬਜ਼ਾਦਿਆਂ ਦੇ ਬੋਲ ਬੋਲਣ ਤੋਂ ਪਹਿਲਾਂ ਚੌਂਕੜੇ ਮਾਰੋ, ਮੈਂ ਤੇ ਕਹਿੰਦਾ ਤੁਸੀਂ ਵੀ ਜਿਉਂਦੇ ਹੋ ਜਾਓ। ਵਾਹਿਗੁਰੂ 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 ਸਾਰੇ ਬੋਲੋ ਫਿਰ ਉਹਨਾਂ ਦਾ ਅੰਮ੍ਰਿਤ ਆ ਪੀਓ। ਵਾਹਿਗੁਰੂ 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 ਗੁਰੂ ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਹਰ ਮੇਰੀ ਧੀ ਜੱਪੇ ਅੱਜ ਤੋਂ ਵੇਖ ਲਿਓ ਘਰ ਦੀਆਂ ਨੁਹਾਰਾਂ ਬਦਲ ਜਾਂਦੀਆਂ, ਨੁਹਾਰ ਹੀ ਬਦਲ ਜੂ। ਵਾਹਿਗੁਰੂ 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 ਗੁਰੂ ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ ਸਾਰੇ 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 ਹੀ ਇੱਧਰ ਉੱਧਰ ਨਾ ਵੇਖੋ, ਵਾਹਿਗੁਰੂ ਬੋਲੋ। ਵਾਹਿਗੁਰੂ 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 ਇੱਕ ਮਿੰਟ ਤੇ ਜੁੜੋ ਫਿਰ ਮੁੜੋਗੇ ਹੀ ਨਹੀਂ, ਰੋਜ਼ ਜਪੋਗੇ। ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ। ਇਸੇ ਨਾਲ ਕਰਦਾ ਨਾ ਇੱਕ ਸਿੰਘ ਆ ਉੱਥੇ ਅਮਰੀਕਾ ਚ ਰਹਿੰਦਾ, ਅੱਖ ਵਹਿ ਗਈ ਉਹਨੂੰ। ਅੱਜ ਮੈਂ ਫੋਨ ਕੀਤਾ ਵੀ ਤੇਰੇ ਪਿੰਡ ਜਾਣਾ, ਕਹਿੰਦਾ ਮੈਨੂੰ ਪਤਾ ਲੱਗਾ ਵੀ ਤੁਸੀਂ ਉੱਥੇ ਜਾਣਾ ਤੁਹਾਡੇ ਆਲਮਪੁਰ ਸਾਡੇ ਪਿੰਡ। ਮੈਂ ਕਿਹਾ ਉਹਨਾਂ ਨੂੰ ਬੜੇ ਚਿਰਦਾ ਤੁਹਾਡੇ ਚੌਂਕੀਦਾਰ ਨੇ ਸਾਰੇ ਸ਼ਹਿਰ ਦੇ ਨੌਜਵਾਨਾਂ ਨੂੰ ਬੀਬੀਆਂ ਨੂੰ ਨਿਤਨੇਮ 'ਤੇ ਇੱਕ ਗਰੁੱਪ ਬਣਾ ਕੇ ਲਾਇਆ ਹੈ, ਅੰਮ੍ਰਿਤ ਵੇਲੇ ਸਾਰੇ ਮੈਨੂੰ ਮੈਸੇਜ ਪਾਉਂਦੇ ਮੈਂ ਇੰਨੇ ਵਜੇ ਉੱਠਿਆ ਮੈਂ ਇੰਨੇ ਵਜੇ ਉੱਠਿਆ ਮੈਂ ਇੰਨੇ ਵਜੇ ਉੱਠਿਆ। ਇਹ ਸਾਡੀ ਡਿਊਟੀ ਹੈ ਸਿੱਖਾਂ ਦੀ, ਅੱਖ ਵਾਹਿਗੁਰੂ। ਪ੍ਰਚਾਰਕ ਦਾ ਧਰਮ ਕੇਵਲ ਇੰਨਾ ਨਹੀਂ ਜਿਹੜਾ ਢਾਡੀ ਸਾਹਿਬ ਨੇ ਕਿਹਾ ਵੀ ਆਇਆ ਤੁਹਾਨੂੰ ਸੁਣਾਇਆ ਲਫਾਫਾ ਲੈ ਕੇ ਕਹਾਂ ਗਿਆ, ਸਾਡਾ ਧਰਮ ਆ ਅਸੀਂ ਚੌਂਕੀਦਾਰ ਹਾਂ ਇਸ ਬਾਗ ਦੇ, ਜਿਹੜਾ ਬਾਗ ਆ ਨਾ ਸਿੱਖੀ ਦਾ ਇਹਦੇ ਅਸੀਂ ਮਾਲਕ ਨਹੀਂ, ਮਾਲਕ ਗੁਰੂ ਗੋਬਿੰਦ ਸਿੰਘ ਆ, ਅਸੀਂ ਚੌਂਕੀਦਾਰ ਹਾਂ। ਪੈਂਦੇ ਡੰਗਰਾਂ ਨੂੰ ਇਹ ਜਿਹੜੇ ਦੇਹਧਾਰੀ ਨੇ ਇਹ ਜਿਹੜੇ ਡੇਰੇਦਾਰ ਨੇ ਇਹ ਕੀ ਨੇ, ਸਿੱਖੀ ਦੇ ਬਾਗ ਵਿੱਚ ਡੰਗਰ ਵੜੇ ਤੇ ਇਹਨਾਂ ਡੰਗਰਾਂ ਤੋਂ ਸਿੱਖੀ ਦੇ ਬੂਟਿਆਂ ਨੂੰ ਬਚਾਉਣਾ ਸਾਡੀ ਡਿਊਟੀ। ਉਹਨੂੰ ਮੈਂ ਪੁੱਛਿਆ ਮੈਂ ਕਿਹਾ ਕਿੰਨੇ ਵਜੇ ਉੱਠਦਾ ਹੈ, ਇੱਥੋਂ ਦੇ ਸਿੰਘ ਚੰਗੀ ਗੁਰੂ ਨਾਨਕ ਨਾਲ ਕਿਰਪਾ ਕੀਤੀ ਉੱਤੇ ਬੜਾ ਮਾਲ ਧੰਨ ਦਿੱਤਾ ਹੈ ਤੁਹਾਡੇ ਪਿੰਡ ਦਾ ਹੀ, ਆਖੋ ਵਾਹਿਗੁਰੂ। ਛੋਟੀ ਉਮਰ 'ਚ ਭਾਗਲਾ ਤੇਰਾ ਬਣਿਆ, ਘਰ ਵਾਲੀ ਵੀ ਕੇਸਕੀ ਬੱਧੀ, ਆਪ ਵੀ ਦਮਾਲਾ ਬੱਧਾ, ਬੱਚਿਆਂ ਵੀ ਦਮਾਲੇ ਬੱਧੇ, ਨਾਮ ਜਪਦੇ ਅੰਮ੍ਰਿਤ ਵੇਲੇ। ਮੈਨੂੰ ਕਹਿੰਦਾ ਵੀ ਮੈਂ ਪਿੰਡ ਰਹਿ ਕੇ ਆਇਆ ਮਹੀਨਾ ਇੱਕ ਇਸ ਪਿੰਡ 'ਚ ਕਿਤੇ ਰਹਿ ਕੇ ਗਿਆ, ਅੱਖ ਵਾਹਿਗੁਰੂ। ਉਹ ਕਹਿੰਦਾ ਗੱਡੀ ਖਲੋ ਗਈ ਹੈ ਧੱਕਾ ਲਾ ਦਿਓ ਥੋੜ੍ਹਾ ਜਿਹਾ, ਚਲੋ ਅੱਜ ਉਹਨੂੰ ਧੱਕਾ ਲਾ ਦਿਓ। ਜਿੱਥੇ ਉਹਦਾ ਰੁਕ ਗਿਆ ਨਾ ਸਿਮਰ ਨਾਨਕੇ
सारी संगत उस पुत नूं प्यार कर दे तां कल वाहिगुरु वाहिगुरु गुरु वाहिगुरु 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 गुरु 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 अपने सतनाम श्री आज हम केड़ी पावर है केड़ा करंट है जेडे करंट नाल मौत नु भी लोकी मजाक करते ਕਿਹੜਾ ਕਰੰਟ ਆ ਉਹ ਨਾਮ ਦਾ ਕਰੰਟ ਆ ਤੁਰੇ ਜਾਂਦੇ ਆ ਜਦੋਂ ਘਰੋਂ ਤੋਰਿਆ ਨਾ ਮਾਂ ਨੇ ਘਰੋਂ ਤੋਰਿਆ ਤੇ ਘਰੋਂ ਤੋਰਨ ਲੱਗੇ 7 ਤੇ 9 ਸਾਲ ਦੇ ਅੱਜ ਦੀ ਪੇਸ਼ੀ ਤੋਂ ਬਾਅਦ ਤੁਹਾਨੂੰ ਉਹਨਾਂ ਵਾਪਸ ਨਹੀਂ ਭੇਜਣਾ ਤੁਸੀਂ ਸ਼ਹੀਦ ਹੋ ਜਾਣਾ ਤੁਸੀਂ ਦਾਦੇ ਦੀ ਗੋਦ ਵਿੱਚ ਜਾ ਬਹਿਣਾ ਅੱਖ ਵਾਹਿਗੁਰੂ ਤੁਸੀਂ ਵਾਪਸ ਉੱਚੀ ਬੋਲੋ ਵਾਪਸ ਨਹੀਂ ਆਉਣਾ ਤੇ ਪੁੱਤਰੋ ਕੁਝ ਗੱਲਾਂ ਕਰ ਲਈਏ ਹੁਣ ਦੀਆਂ ਕਿਤੇ ਦਾਦੀਆਂ ਵੀ ਆਪਣੇ ਪੋਤਰਿਆਂ ਨਾਲ ਇਹ ਗੱਲਾਂ ਕਰਦੀਆਂ ਹੁਣ ਨਹੀਂ ਕਰਦੀਆਂ ਦਾਦੀ ਵੀ ਕਹਿੰਦੀ ਆ ਗੁਰਦਾਸਪੁਰ ਦੇ ਕੋਲ ਮੈਂ ਇੱਕ ਪਿੰਡ 'ਚ ਕਥਾ ਕਰਨ ਗਿਆ ਮੈਨੇ ਛੋਟੇ ਜਿਹੇ ਬੱਚੇ ਨੂੰ ਪੁੱਛਿਆ ਤੁਹਾਡੇ ਪਿੱਛੇ ਨੇ ਕੋਈ ਉਹਨਾਂ ਨੂੰ ਪੁੱਛੋ ਕਿੱਧਰ ਬਹਿੰਦੇ ਹੋ ਤੁਹਾਡੇ ਪਿੱਛੇ ਪਿੱਛੇ ਕਿੱਧਰ ਵੇ ਰਹੇ ਹੋ ਜੀ ਸੁਣੋ 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 ਸੁਣੇ ਸਰਦਾਰ ਮੈਂ ਉਸ ਮਾਂ ਨੂੰ ਪੁੱਛਿਆ ਪੁੱਤ ਇਹ 7 ਸਾਲ ਦਾ ਬੱਚਾ ਤੈਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਕਹਿੰਦੀ ਪੋਤੀ ਲੱਗਦਾ ਹੈ ਮੈਂ ਕਿਹਾ ਇੰਨਾ ਹੀ ਫਰਕ ਹੈ ਇਹਦੇ ਕੇਸ ਕਿਉਂ ਘੱਟੇ ਸੁਣੋ ਕੀ ਪੁੱਛਿਆ ਤੁਸੀਂ ਬੋਲੋ ਸਾਰੀਆਂ ਕਿਉਂ ਕੇਸ ਕਿਉਂ ਕੱਟਦੇ ਇਹਦੇ ਸਿਰ ਤੋਂ ਏਡਾ ਜੂੜਾ ਸੀ ਮੈਂ ਪਿਛਲੇ ਸਾਲ ਆਇਆ ਕਹਿੰਦੀ ਸਕੂਲੇ ਜਾਣ ਲੱਗਦਾ ਸੀ ਤੇ ਘੰਟਾ ਡੇਢ ਤੇ ਇਹਦੇ ਜੂੜੇ ਤੇ ਹੀ ਲੱਗ ਜਾਂਦਾ ਸੀ ਮਾਂ ਕਹਿੰਦੀ ਮਾਂ ਤੇ ਮੈਂ ਕੋਲੋਂ ਹੀ ਐਡਾ ਸੀ ਬੱਚਾ ਆਖੋ ਇਹ ਮੈਂ ਕੋਲੋਂ ਹੀ ਪੈਸੇ ਦਿੱਤੇ ਉਹ ਮਾਂ ਕਹਿੰਦੀ ਤੇ ਮੈਂ ਆਖਿਆ ਵੀ ਤੂੰ ਅੱਡੇ ਤੋਂ ਕੇਸ ਕਟਾ ਕੇ ਹੀ ਆਈ ਆਪੇ ਨਲਕੇ ਤੋਂ ਗਿੱਲੇ ਕਰਕੇ ਹੱਥ ਤੇ ਸਿਰ 'ਚ ਫੇਰ ਕੇ ਗਾਂਹ ਸਕੂਲੇ ਜਾਇਆ ਕਰ ਅਖੋਏਰੀ ਮੈਂ ਕਿਹਾ ਤੈਨੂੰ ਇਹ ਕੇਸ ਤੇਰੇ ਸੀ ਜਿਹੜੇ ਕਹਿਤਾ ਕੱਟ ਤੇ ਇਹ ਹੁਣ ਜਿਤਨਾ ਦਾ ਤੇਰਾ ਪੁੱਤ ਸਮਝ ਰਹੀਆਂ ਜੇ ਜਿਤਨਾ ਦਾ ਤੇਰਾ ਪੁੱਤ ਕੇਸਾਂ ਤੋਂ ਬਿਨਾਂ ਤੈਨੂੰ ਦਿਸ ਰਿਹਾ ਕਦੀ ਇਹ ਤੋਂ ਬਾਬਾ ਫਤਿਹ ਸਿੰਘ ਦਿਸਕੂ ਨਹੀਂ ਪਤਾ ਲੱਗਾ ਉਹ ਪਿੱਛੇ ਪਤਾ ਲੱਗਾ ਮੇਰੀ ਧੀ ਦੱਸ ਸਕਦੀ ਹੈ ਮੈਨੂੰ ਨਹੀਂ ਤੇਰੇ ਪਿੱਛੇ ਹੈ ਦੱਸ ਸਕਦੀ ਹੈ ਮੈਨੂੰ ਮੈਂ ਕੀ ਕਿਹਾ ਸੁਣੋ ਇਹ ਨਾ ਹੋਵੇ ਵੀ ਤੁਹਾਡੀ ਬੋਡੀ ਇੱਥੇ ਬੈਠੀ ਅਤੇ ਆਪ ਤੁਸੀਂ ਇੱਥੇ ਨਹੀਂ ਫਿਰ ਨਹੀਂ ਕੁਝ ਪੁੱਛ ਸੁਣਨਾ ਉਸ ਸਮੇਂ ਲਈ ਇੱਥੇ ਹਾਜ਼ਰ ਹੋ ਜਾਓ ਜਿਨ੍ਹਾਂ ਦਾ ਦਿਲ ਮਨਾਉਣ ਦਾ ਆਖੋ ਵਾਹਿਗੁਰੂ ਮੈਂ ਕਿਹਾ ਤੈਨੂੰ ਕਦੀ ਆਪਣੇ ਸਿਰ ਮੁੰਨੇ ਬੱਚੇ ਦੇ ਉੱਤੋਂ ਬਾਬਾ ਫਤਿਹ ਸਿੰਘ ਦੇ ਦਰਸ਼ਨ ਹੋ ਜਾਣਗੇ ਇੱਥੋਂ ਟਿਕਟ ਲੈ ਕੇ ਫਤਿਹਗੜ੍ਹ ਸਾਹਿਬ ਜੂ ਜਾਣੀ ਉਹਨਾਂ ਨੂੰ ਮਿਲਣ ਜੇ ਤੇਰੇ ਘਰ ਦੇ ਵਿੱਚ 2 ਬੱਚੇ ਨੇ 9 ਤੇ 7 ਸਾਲ ਦਾ ਤੈਨੂੰ ਫਤਿਹਗੜ੍ਹ ਸਾਹਿਬ ਜਾਣ ਦੀ ਜ਼ਰੂਰਤ ਨਹੀਂ ਤੂੰ ਘਰ ਹੀ ਉਹਨਾਂ ਦੇ ਜੂੜੇ ਗੁੰਦ ਕੇ ਦਮਾਲਾ ਬੰਨ ਕੇ ਵੇਖਿਆ ਕਰ ਮਾਤਾ ਗੁਜਰ ਕੌਰ ਕਹਿੰਦੀ ਸੀ ਹਰ ਮਾਂ ਦੇ ਬੱਚੇ ਦੇ ਮੂੰਹ ਤੋਂ ਮੇਰਾ ਫਤਿਹ ਸਿੰਘ ਦਿਸੂਗਾ ਜਦੋਂ ਵੇਖੂਗੀ ਕਿੱਥੇ ਚਲੇ ਗਏ ਹੋ ਤੇ ਜਦੋਂ ਤੁਰਨ ਲੱਗੇ ਮਾਂ ਨੇ ਕਿਹਾ ਪੁੱਤ ਅੱਜ ਮੈਨੂੰ CID ਵਾਲੇ ਮੋਤੀ ਰਾਮ ਮਹੋਰ ਦੱਸ ਕੇ ਗਏ ਨੇ ਵੀ ਤੁਸੀਂ ਅੱਜ ਦੀ ਪੇਸ਼ੀ ਤੋਂ ਬਾਅਦ ਮੇਰੇ ਕੋਲ ਉੱਚੀ ਬੋਲੋ ਨਹੀਂ ਆਉਣਾ ਤੁਹਾਨੂੰ ਅੱਜ ਉਹਨਾਂ ਨੇ ਸ਼ਹੀਦ ਕਰ ਦੇਣਾ ਤੇ ਉੱਠੋ ਪੁੱਤ ਪਹਿਲੀ ਗੱਲ ਤੇ ਰਾਤੀ ਵੀ ਤੁਸੀਂ ਨਿਤਨੇਮ ਕੀਤਾ ਆਖੋ ਵਾਹਿਗੁਰੂ ਅੱਜ ਵੀ ਉੱਠ ਕੇ ਮੇਰੇ ਕੋਲ ਬੈਠੋ ਚੱਲ ਫਤਿਹ ਸਿੰਘ ਤੂੰ ਮੇਰਾ ਪੋਤਰਾ ਪੁੱਤਰ ਮੇਰਾ ਮੈਨੂੰ ਜਪਜੀ ਸਾਹਿਬ ਸੁਣਾ ਤੇ ਫਤਿਹ ਸਿੰਘ ਨੇ ਇਤਰਾਂ ਲੱਤ ਤੇ ਲੱਤ ਚਾੜ ਲਈ ਇਤਰਾਂ ਬਹਿ ਗਿਆ ਵੱਡੇ ਵਡੇਰਿਆਂ ਵਾਂਗ ਚੌਂਕੜਾ ਮਾਰ ਕੇ ਬਹਿ ਗਿਆ ਜਿਸ ਤਰ੍ਹਾਂ ਉਹ ਸਮਾਧੀ ਲਾ ਕੇ ਬਹਿੰਦੇ ਸੀ ਤੇ ਜਿਸ ਤਰ੍ਹਾਂ ਉਹਨੇ ਜਪਜੀ ਸਾਹਿਬ ਪੜ੍ਹਿਆ ਸਰਹੰਦ ਦੀਆਂ ਦੀਵਾਰਾਂ 'ਚੋਂ ਅਜੇ ਸੁਣਦਾ ਹੈ ਇਸ ਤਰ੍ਹਾਂ ਪੜ੍ਹਿਆ ਜਪਜੀ ਸਾਹਿਬ ਉਹਨੇ
इन्ना चुड़ के सुरत च पढ़िया। कई बार कलगीधर पातशाह ने सिर ते हथ रखा सी पुत करके ते सुरत ना जुड़ी होगी। बोलो जी गुरु की सुरत ना जुड़ी होगी जिहदे सिर ते कई बार गुरु गोबिंद सिंह साहब ने इतना हथ रखा हो। सुरत जुड़ी चो जपजी साहब दीआं 40 पौड़ियां पढ़िया। जिनी नाम त्याया गए मशक्कत नानक ते मुख होर केती छुट्टी नाल। केती छुट्टी नाल दो बार सलोक आउंदा, एक बार आउंदा होर केती छुट्टी नाल, एक बार आउंदा केती छुट्टी नाल। जपजी साहब पढ़ता ते मां ने दादी ने आख्या जोरावर सिंह पुत इस शरीर च वैसे ते कोई विछड़दा ही नहीं। आखो वाहेगुरु। विछड़िया का क्या नहीं, विछड़िया का क्या विछड़े, जेड़े जिउंदे ही अपनी मां ते प्यो तो विछड़ी है सुरत। जिन्हां दी मां नूं मां नहीं मानदा, प्यो नूं प्यो नहीं मानदा, इहनूं कहिंदे विछड़िया का क्या विछड़े ते मिलिया का क्या मेल। विछड़िया का की विछड़ना है, इत्थे ही जिहड़े मां ते पुत दी सुरत नहीं जुड़दी ਉਹ ਤਾਂ ਵਿਛੜੇ ਹੀ ਨੇ। ਮਾਂ ਕਿਸੇ ਪਾਸੇ ਨੀ ਤੁਰੀ ਫਿਰਦੀ ਆ, ਪੁੱਤ ਕਿਸੇ ਪਾਸੇ ਨੀ ਤੁਰਿਆ ਫਿਰਦਾ ਹੈ। ਪੁੱਤਰਾ ਆਪਾਂ ਵਿਛੜਨਾ ਤੇ ਮਿਲਣ ਵਾਲੀ ਕਹਾਣੀ ਨਹੀਂ ਅੱਜ ਤੋਂ ਬਾਅਦ, ਪਰ ਮੈਂ ਚਾਹੁੰਦੀ ਹਾਂ ਵੀ ਮੇਰਾ ਪੁੱਤ ਜਾਣ ਤੋਂ ਪਹਿਲਾਂ ਮੈਨੂੰ ਅੱਜ ਫਿਰ ਇੱਕ ਵਾਰ ਇੱਕ ਮਾਂ ਨੇ ਚਿੱਤ ਹੋ ਕੇ ਆਪਣੇ ਬਾਪੂ ਦੀ ਉਚਾਰਨ ਕੀਤੀ ਅਗੰਮੀ ਵਿਚਾਰਧਾਰਾ ਸ੍ਰੀ ਜਾਪ ਸਾਹਿਬ ਦਾ ਪਾਠ ਸੁਣਾ ਤੇ ਜਾਪ ਸਾਹਿਬ ਪੜ੍ਹਿਆ। ਫਿਰ ਕਿਹੜੇ ਰੰਗ ਵਿੱਚ ਜਾ ਕੇ ਪੜ੍ਹਿਆ, ਨਵੋਂ ਸਰਬ ਗਾਉਣੇ, ਨਵੋਂ ਸਰਬ ਪਾਉਣੇ, ਨਵੋਂ ਸਰਬ ਦੇਸੇ, ਨਵੋਂ ਸਰਬ ਭੇਸੇ, ਸਾਰਾ ਜਾਪ ਸਾਹਿਬ ਇਤਰਾ ਤੇ ਜਗਤਨ ਕ੍ਰਿਤੀ ਹੈ ਕਿ ਛਤਰਨ ਛਤਰੀ ਹੈ, ਸਾਰਾ ਦਾ ਸਾਰਾ ਜਾਪ ਸਾਹਿਬ ਸੁਣਾ ਕੇ ਉੱਠ ਕੇ ਜੱਫੀ ਪਾ ਲਈ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਨ ਬਪੂਤੇ। ਦਾਦੀ ਨੂੰ ਪਾ ਕੇ ਜੱਫੀ, ਕਹਿੰਦੇ ਨਹੀਂ ਨਹੀਂ ਡਰਨ ਵਾਲੀ ਤੇ ਮਾਤਾ ਜੀ ਗੱਲ ਕੋਈ ਨਹੀਂ, ਆ ਵੇਖ ਕਿਹਾ ਤੇ ਹੈਗਾ ਉਹ ਸਦਾ ਹੀ ਅੰਗ ਸੰਗਿਆ ਤੇ ਨਾਲ ਰਹਿਣ ਵਾਲਾ। ਪੰਜੇ ਬਾਣੀਆਂ ਦਾ ਭੋਗ ਪਾ ਕੇ ਫਿਰ ਜਿਹੜੇ ਬਚਨ ਮਾਂ ਨੇ ਆਖੇ, ਉੱਠੋ ਮੇਰੇ ਲਾਲ ਕੇ ਲਾਲੋ, ਉੱਠੋ ਮੇਰੇ ਕੋਲ ਆਲੋ। ਜਪਜੀ ਸਾਹਿਬ ਜਾਪ ਸਾਹਿਬ ਪੜ੍ਹ ਕੇ, ਸਵਈਏ ਪੜ੍ਹ ਕੇ, ਚਪਈ ਪੜ੍ਹ ਕੇ, ਅਨੰਦ ਸਾਹਿਬ ਪੜ੍ਹ ਕੇ ਕੋਲ ਸੱਦਿਆ, ਉੱਠੋ। ਇੱਕ ਵਾਰ ਬੋਲੋ ਹੁਣ ਭਲਾ ਮੈਂ ਕੀ ਕਿਹਾ, ਉੱਠੋ ਉੱਠੋ ਬੋਲੋ। ਨਹੀਂ ਬੀਬੀਆਂ ਦੀ ਤਾਂ ਆਵਾਜ਼ ਨਹੀਂ ਆਈ, ਐ ਤਾਂ ਕਿਤੇ ਚਲੇਗੀ ਲੱਗਦੀ, ਘਰ ਚਲੇਗੀ ਸਰ। ਉੱਚੀ ਬੋਲ, ਉੱਠੋ ਉੱਠੋ ਮੇਰੇ ਲਾਲ ਕੇ ਲਾਲੋ, ਬੋਲੋ ਉੱਠੋ ਮੇਰੇ ਲਾਲ। ਕੌਣ? ਗੁਰੂ ਤੇ ਉਹਦੇ ਅਗਾਂਹ ਲਾਲ। ਉੱਠੋ ਮੇਰੇ ਲਾਲ ਕੇ ਲਾਲੋ, ਤੁਝੇ ਕੰਘਾ ਤੋਂ ਕਰਾ ਦੂੰ। ਤੁਹਾਨੂੰ ਆਪ ਕਹਿ ਕੇ ਕਾਂ ਪੁੱਤ ਕੰਘਾ ਫੇਰੋ ਕੇਸਾਂ ਚ, ਕੰਘਾ ਕਰਕੇ ਸਿਰ ਤੇ ਪਗੜੀ ਸਜਾ ਦੂੰ, ਆਪਣੀ ਦੇਖ ਰੇਖ ਵਿਚ ਤੁਹਾਡੇ ਦਮਾਲੇ ਸੋਹਣੇ ਕਰਕੇ ਸਜਾ ਦਾਂ। ਕੋਈ ਕਿਤੇ ਇਹ ਨਾ ਗੱਲਾਂ ਕਰੇ, ਸਰਹੰਦ ਦਾ ਸੂਬੇਦਾਰ ਉਹਦੀ ਕਚਹਿਰੀ ਚ ਬੈਠੇ, ਅੱਜ ਮੌਤ ਦੇ ਡਰ ਤੋਂ ਇਹਨਾਂ ਕੋਲੋਂ ਪੱਗ ਵੀ ਨਹੀਂ ਬੰਨੀ ਗਈ, ਕਿਤੇ ਲੋਕੀ ਇਹ ਗੱਲਾਂ ਨਾ ਕਰਨ। ਆਓ ਪੁੱਤ ਦਮਾਲੇ ਸੋਹਣੇ ਸਜਾ ਕੇ ਭੇਜਾਂ, ਉੱਠੋ ਮੇਰੇ ਲਾਲ ਕੇ ਲਾਲੋ, ਤੁਝੇ ਕੰਧਾ ਤੋਂ ਕਰਾ ਦੂੰ, ਸਿਰ ਪੈ ਸੋਹਣੀ ਸੀ ਪਗੜੀ ਸਜਾ ਦੂੰ, ਉੱਪਰ ਨੰਨੀ ਸੀ ਕਲਗੀ ਲਗਾ ਦੂੰ। ਧਿਆਨ ਦਿਓ ਜੀ, ਉੱਪਰ ਨੰਨੀ ਨੰਨੀ ਬਣੇ ਛੋਟੀ ਜੀ ਕਲਗੀ ਲਗਾ ਦੂੰ, ਮੌਤ ਸੇ ਵਿਆਹ ਕਰਾਣੇ ਸੇ ਪਹਿਲੇ ਮੇਰੇ ਪੁੱਤਰੋ ਤੁਝੇ ਦੁਲਹਾ ਤੋਂ ਬਣਾ ਦੂੰ। ਲੋਕੀ ਆਖਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਡਲੇ ਸਰਹੰਦ ਦੀ ਦੀਵਾਰ ਚ ਚਿਰੇ ਜਾਣ ਲਈ ਇਤਰਾ ਜਾਂਦੇ ਸੀ, ਲਾੜਾ ਜਿਹੜੂ ਵਿਆਹ ਕਰਾਉਣ ਜਾਂਦਾ ਹੈ ਇਤਰਾ ਜਾਇਓ ਮੇਰੇ ਪੁੱਤਰ। ਸੱਪ ਹੁੰਦਾ ਨਾ ਸੱਪ, ਆਖੋ ਵਾਹਿਗੁਰੂ, ਜਿਹੜਾ ਉਹਦੇ ਇੱਥੇ ਹੱਥ ਲਾ ਦਿੰਦਾ ਪਹਿਲਾਂ ਐਂ ਬੈਠਾ ਹੁੰਦਾ, ਆਖੋ ਵਾਹਿਗੁਰੂ। ਤੁਸੀਂ ਪਿੰਡਾਂ ਵਾਲਿਓ ਨਾ ਬੋਲੋ, ਜੇ ਨਾਲ ਸੁਰਤ ਤੇ ਵੇਖ ਰਹੇ ਹੋ ਉਸ ਚੀਜ਼ ਨੂੰ ਤੇ ਨਾਲ ਪਿਕਚਰ ਵੇਖੋ, ਐ ਸੁਰਰ ਕਰੇ ਤੇ ਅੱਜ ਤੁਹਾਡੀ ਅਣਖ ਨੂੰ ਕਿਸੇ ਨੇ ਮੰਗਾ ਰਿਹਾ ਹੈ। ਅੱਜ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਨੂੰ ਚਾਰ ਚੰਨ ਲਾਉਣ ਚੱਲੇ ਹੋ ਤੇ ਪੁੱਤਰੋ ਕਿਤੇ ਐਸਾ ਨਾ ਹੋਵੇ ਬੁਰਜ ਚੋਂ ਉੱਤਰ ਕੇ ਅੱਖਾਂ ਦੇ ਵਿੱਚ ਅੱਥਰੂ ਭਰੇ ਹੋਣ ਤੇ ਸਿਰ ਨੀਵਾਂ ਕਰਕੇ ਨਾ ਜਾਇਓ ਮੇਰੇ ਪੁੱਤਰੋ, ਇਤਰਾਂ ਜਾਇਓ। ਤੇ ਜਾਂਦੇ ਹੀ ਜਾ ਕੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਨੀ ਬੋਲਿਆ ਰੁਮਾਲ ਵਾਲਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੋਲੋ ਉੱਚੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਰਾਂ
जाके सचमुची बुलाता फतेह बुलाती सूबे ते सूबे ने आख्या तानू नहीं पता तुसीं छोटी जी उम्र दे विच शहीद कर दिते जाओगे तुहाडी जिंदगी दा खेल खत्म कर दिता जाऊगा। ते 7 साल वाले ने आखे सी ये बोल कहिंदे तैनू पता है एक फुल खिड़ गया सी सुनो एक फुल उची बोलो मैं होर ना दऊंगा एक फुल गुलाब दा ते किसी दी नजरी पै गया उन्हें तोड़ लिया ते उन्हों कढ़ के मशीन दे विचों दी उहदा सेंट बना लिया किहदा गुलाब दे फुल दा जिहड़ा उहदा भूर चूर रह गया उन्हों शड़क ते सुलता जे ते सुन रहे हो ध्यान ना टेक के फिर ते आओ आनंद आखो वाहिगुरू उहदा भूर चूर जिहड़ा उतला सी पत्तियां दा उन्हों शड़क ते सुलता किसे तुरे जे आउंदे ने वेख लो तुहाडे नाल दा टिकदा नहीं आखो वाहिगुरू जो साडे वर्गे सरूप नहीं टिकणगे न्याणे नूं की कहीए किन्नू मैं इत्थे दस्या तुहानूं दस्या नहीं इत्थे हुणे तुहाडी संगत ते दस के आया आखो वाहिगुरू वी जो छोटे छोटे जाते असी स्कूले जाते होंगे सी पता इस तरह दियां करदे करदे एक शीशा लेंदे सां ऐनक दा ते उहनूं लै के सूरज वल नूं करके ते कागज ते पा दिंदे सां की हुंदा सी उस कागज नूं क्यों लगदी सी क्योंकि तुसीं उहनूं अकागर कीता फोकस कीता सचमुची जे तुसीं कदी दीवान विच फोकस होके शब्द नूं सुणो ते जिस तरह उह कापी नूं अग ला दिंदा है जन्मां तों लिखियां लेखे दियां वहियां नूं अग लग जूगी जदों कदी अकागर होके गुरु की गल नूं सुणोगे। ਤੁਸੀਂ ਸੁਣ ਰਹੇ ਹੋ ਵੱਡੇ ਭਾਗਾਂ ਵਾਲਿਓ ਚਸ਼ਮੇ ਵਾਲੇ ਸੁਣੋ ਧਿਆਨ ਨਾਲ ਸੁਣੋ ਆਖਿਆ ਉਸ ਫੁੱਲ ਦਾ ਚੂਰਾ ਬਣਾ ਕੇ ਸ਼ਬਦ ਤੇ ਸੁੱਟਤਾ ਤੇ ਕਿਸੇ ਤੁਰੇ ਤੁਰੇ ਜਾਂਦੇ ਦਾ ਪੈਰ ਵੱਜ ਗਿਆ ਉਸ ਚੂਰੇ ਨੂੰ ਸੁਣ ਰਹੇ ਹੋ ਸਮਝ ਰਹੇ ਹੋ ਉਸ ਚੂਰੇ ਨੂੰ ਪੈਰ ਵੱਜ ਗਿਆ ਤੇ ਉਹਦੇ ਦਿਲ 'ਚ ਸੀ ਵੀ ਕਿਸੇ ਗਊ ਦੇ ਫੋਸ ਦਾ ਜਾਂ ਡੰਗਰ ਦੇ ਫੋਸ ਦਾ ਉਹੀ ਰੰਗ ਹੁੰਦਾ ਹੈ ਇਤਨਾ ਦੇ ਗੁਲਾਬ ਹੁੰਦਾ ਉਤਨਾ ਦਾ ਫੋਸ ਹੁੰਦਾ ਆਪਾਂ ਫੋਸ ਕਹਿੰਦੇ ਸ਼ਹਿਰਾਂ 'ਚ ਮੈਨੂੰ ਥੋੜ੍ਹੀ ਜਿਹੀ ਪੰਗਾ ਤਕਲੀਫ ਆਉਂਦੀ ਸਮਝਾਉਂਦੇ ਹਾਂ ਵੀ ਫੋਸ ਕਿਹਨੂੰ ਕਹਿੰਦੇ ਇਤਨਾ ਬੈਠੋ 2 ਮਿੰਟ ਰਹਿ ਗਿਆ ਆਪਣਾ ਉਹਨੇ ਜਦੋਂ ਵੇਖਿਆ ਕਿ ਉਹ ਜਿਹੜਾ ਫੋਸ ਵਰਗਾ ਲੱਗ ਰਿਹਾ ਉਹਦੇ ਵਿੱਚੋਂ ਗੁਲਾਬ ਦੀ ਸੁਗੰਧੀ ਆਈ ਸਮਝ ਰਹੇ ਹੋ ਜੀ ਗੁਲਾਬ ਦੀ ਅਤੇ ਉਹਨੇ ਲਾਗੇ ਬਹਿ ਕੇ ਆਖਿਆ ਉਹ ਖੋ ਮੈਂ ਤਾਂ ਆਖਿਆ ਡੰਗਰ ਦਾ ਫੋਸ ਆ ਗੰਧ ਆ ਤੇਰੇ ਵਿੱਚੋਂ ਤਾਂ ਸੁਗੰਧੀ ਆਈ ਸੋਹਣੀ ਤੇ ਤੇਰੀ ਇਹ ਹਾਲਤ ਕਿਉਂ ਹੋ ਗਈ ਤੇ ਫੁੱਲ ਬੋਲਿਆ ਕਾਰਨ ਪਤਾ ਕੀ ਸੀ ਜਿੱਥੇ ਸਾਰੀ ਦੁਨੀਆ ਮੁਰਝਾਈ ਬੈਠੀ ਸੀ ਨਾ ਪਤਾ ਲੱਗ ਰਿਹਾ ਸੀ ਉਹ ਸਾਰੀ ਦੁਨੀਆ ਉੱਥੇ ਮੈਂ ਖਿੜ ਗਿਆ ਸਾਂ ਉੱਥੇ ਮੈਂ ਤੇ ਮੈਂ ਖਿੜਿਆ ਹੋਇਆ ਲੋਕਾਂ ਨੂੰ ਚੰਗਾ ਨਾ ਲੱਗਾ ਤੇ ਉਹਨਾਂ ਨੇ ਫੜ ਕੇ ਮੇਰੀ ਤੋੜ ਕੇ ਤੇ ਉਹਦੇ ਵਿੱਚੋਂ ਪੁਰਜੀ ਬਣਾ ਕੇ ਸੜਕ ਤੇ ਸੁੱਟਤੀ ਉਹ ਜਿਹੜਾ ਪੁੱਛਣ ਵਾਲਾ ਸੀ ਨਾ ਅੱਖ ਵਾਹਿਗੁਰੂ ਉਹਨੇ ਕਿਹਾ ਮੈਂ ਇੱਕ ਚਿੱਠੀ ਲਿਖਦਾ ਤੁਸੀਂ ਸੁਣ ਰਹੇ ਹੋ ਨਾ ਚੌਂਗੜਾ ਉਹਨੇ ਕਿਹਾ ਮੈਂ ਚਿੱਠੀ ਲਿਖਦਾ ਉਹਨਾਂ ਫੁੱਲਾਂ ਨੂੰ ਜਿਹੜੇ ਖਿੜੇ ਨਹੀਂ ਪਤਾ ਲੱਗਾ ਉਹ ਚਸ਼ਮੇ ਵਾਲੀ ਧੀ ਨੂੰ ਪਤਾ ਲੱਗਾ ਮੈਂ ਉਹਨਾਂ ਫੁੱਲਾਂ ਨੂੰ ਇੱਕ ਚਿੱਠੀ ਲਿਖਦਾ ਵੀ ਜਿਹੜਾ ਖਿੜ ਜਾਏ ਉਹਨੂੰ ਕੋਹਲੂ 'ਚ ਪਾ ਕੇ ਪੀੜ ਦਿੱਤਾ ਜਾਂਦਾ ਜੇ ਤੁਸੀਂ ਖਿੜਿਓ ਹੀ ਨਾ ਪਤਾ ਲੱਗ ਰਿਹਾ ਸੱਚਮੁੱਚ ਅੱਛਾ ਤੁਸੀਂ ਤੇ ਉਹ ਜਿਹੜਾ ਕੀ ਪੀੜਿਆ ਪਿਆ ਸੀ ਨਾ ਉਹਨੇ ਆਵਾਜ਼ ਦਿੱਤੀ ਕਹਿੰਦਾ ਨਾ ਚਿੱਠੀ ਲਿਖੀ ਸਾਰਾ ਜੀਵਨ ਡੋਡੀ 'ਚ ਬੰਦ ਰਹਿਣ ਕਰਕੇ ਸਾਰਾ ਜੀਵਨ ਡੋਡੀ 'ਚ ਬੰਦ ਰਹਿ ਕੇ ਪਛਾਣ ਹੀ ਨਾ ਬਣਾਉਣੀ ਆਪਣੀ ਵੀ ਮੇਰੇ ਵਿੱਚੋਂ ਕੀ ਨਿਕਲਣਾ ਸੀ ਪਤਾ ਲੱਗ ਗਿਆ ਜੀ ਹੁਣ ਅੱਖੋਂ ਵਾਹਿਗੁਰੂ ਮੇਰੇ ਵਿੱਚੋਂ ਕਿੱਡੀ ਸੁੰਦਰਤਾ ਸੀ ਤੇ ਮੈਂ ਡੋਡੀ 'ਚ ਰਹਿ ਕੇ ਬੰਦ ਬਹਿ ਰਹਿਣਾ ਤੇ ਕਿਸੇ ਨੂੰ ਕੀ ਪਤਾ ਸੀ ਵੀ ਇਹ ਗੁਲਾਬ ਦਾ ਫੁੱਲ ਆ ਕਿ ਨਹੀਂ ਬਾਬੇ ਫਤਿਹ ਸਿੰਘ ਸਾਹਿਬ ਨੇ ਸੁਚਾਨੰਦ ਨੂੰ ਕਿਹਾ ਅਸੀਂ ਉਹ ਫੁੱਲ ਆ ਭਾਵੇਂ 2 ਮਿੰਟ ਲਈ ਖਿੜੀਏ ਭਾਵੇਂ 7 ਸਾਲ ਖਿੜੀਏ ਭਾਵੇਂ 9 ਸਾਲ ਖਿੜੀਏ
मगर दस जावांगे दुनिया नूं गुरु गोबिंद सिंह दे दो पुत सी सत ते नौ साल दे ऐसे खिड़े नीहां विच छुप गए मगर छुपे ना। से जान बोलो फिर बोलो छपे ना किसे दे छुपाए छपे ना नीहां च ते चिणते मगर आ जिहड़ा हुण 2.5-3 लाख सिख जाना है उत्थे किन्नूं वेखण जाना है ना उन्हां नूं वेखण जाना जिहड़े खिड़े सी ऐसे भी किसे दे छपे फिर छपे नहीं अज तक उन्हां दी तुसीं उस गल नूं अगे पढ़िया नहीं भी सारा जीवन डोडी च बंद रह के मरन नालों 2 मिंट की आजादी बड़ी मुबारक आ भी खिड़िया ते किसे ने तोड़ के मरोड़ के ते वेख मेरे जिहड़े हड्डियां दे चूरे दा रखिया होया उहदे विच भी सुगंधी आउंदी आ इसे तरह रहिंदी दुनिया तक तो साडी जान ते कढ देगा मगर साडे शरीर दे जिथे जाके फुल रखे सी संस्कार होया सी उस थां ते भी लोकी आण के मत्थे टेकणगे इथे लोकी आण के मत्थे टेकणगे इह बाबा जोरावर सिंह दी जगह है इह बाबा फतेह सिंह साहब दी जगह है इह माता गुजर कौर दी है कि नहीं ज्योति स्वरूप गुरुद्वारा नूं कहिंदे मैनू नहीं पता उहदे किन्ना सच सी आखो वाहिगुरू मैं इतिहास से शक नहीं करता मगर जो मैं छोटा जिहा जिड्डा आप चंगी मत्था टेकन लिया अपने माँ प्यो दे नाल आनंदपुर साहब की यात्रा करन जांदे सां एक इत्थे उदों बिल्डिंग नहीं सी हुंदी एक चबारा हुंदा सी वेख्या चबारे दे उत्ते चढ़दे हुंदे सी सियाणे बंदे न्याणियां नूं नहीं सी चढ़न दिंदे उत्थे सीमेंट करके कहिंदे हुंदे सीमेंट कर दो जिहनूं शक आ गया आखो वाहिगुरू जिहनूं शक आ गया इस गल ते सीमेंट इथों ताजा करके जाओ तो सवेरे फिर 7-9 साल के पैर उत्थे उकरे होंगे सी लोकी मेहंदे होंगे सी ते जे किसी ने आखना मैनू शक आ भी इह तुसीं आप ही कीता है उन्हें कहना इत्थे एक रात रह के सीमेंट कर दे सवेरे वेख के चल जी इत्थे फिर नवे पैर लगे होंगे उन्हां सूरबीरां दा इतिहास है जिन्हों तुसी सुन रहे हो जाको हर रंग लागो इस युग में युग कहिंदे समय नूं युग किहनूं कहिंदे ए युग केड़ा है कलयुग दा है कलयुग दा समय बिल कलयुग दा समय इहदे विच इहदे विच लोकां नूं माया दा रंग लगा है लोकां नूं नशे दा जवानी दा रंग लगा है मगर धन ने ओह लोक जिन्हां नूं हरी दा रंग लगा है सो कहियत है आत्म जिने सगल वसता के जाका सतगुर ठाकुर गाई है सरनी पावन नाम ते आवन सहज समावन एहो जे जन के चरण वसे मेरे ते संग पनीता जन की तहूर दियो कृपा ने द नानक कै सुख यही सुख आ कदी एहो जे सूरबीरां दी चरण धूड़ मिले उन्हां दा दीवान सुनदा आप जी नूं मैनूं सारिआं नूं कहण दा सुनदा मौका मिलिआ है मेरा सतगुरु मेरीआं धीआं नूं अज दे इतिहास विचों सुणो बचियो अज दे इतिहास विचों तुसीं इह सिख के जाओ मैं अपने बच्चे छको गुरु वाले बणो नशिआं दा त्याग करो एक बड़ी वड्डी लानत लग गई है सिखां दे नां ते कोई तूं सिख हो के शराब नहीं पींदा कहिंदे कि नहीं लोकी बोलो ना गुरु के सिख हो के मटन नहीं खांदे सिख हो के तुसीं आ नहीं चीज करदे कदी एक काजी नूं लाहौर दे नूं हार्ट अटैक उन्हां समयां च होया पाकिस्तान बन तो पहलों उदों बहुत घट हुण ते बच्चां नूं होई जांदे किसे नूं हार्ट अटैक नहीं सी हुंदा उह काजी नूं हार्ट अटैक हो गया उहनूं पुछिया डाक्टरां ने संभाल लिया भी तैनूं की होया सी कहिंदा भरावा मैं एक गजब दी गल हुंदी धरती ते वेखी एक सिख नूं शराब पींदिआं वेख्या नहीं पता लगा जी एक सिख नूं मैं जिहदा बाबा अजे 500 साल पहलों इत्थे ते आया लोकां नूं कह के गया कि ऐसा मद मूल ना पीते लोको शराब ना अज तुहाडे पिंडां पिंडां विच तुहाडे बूहां अगे ठेके खुले ने तुहाडे सुभाअ दे लोकी वाकफ हो गए ने इह बहुत वड्डे ड्रगी ने इह बहुत वड्डे शराबी ने सिखो आओ इलामा ला दईए गलों की आखिया मैं एक बार बोलो इलामा ला दईए छड़ दईए नशिआं नूं गुरु का अमृत पीए
ਜਿਹੜਾ ਅੰਮ੍ਰਿਤ ਪੀਣ ਤੋਂ ਬਾਅਦ ਖੋਪਰੀਆਂ ਲੱਥੀਆਂ ਬੰਦ ਬੰਦ ਕੱਟੇ ਗਏ, ਇੱਕ ਸ਼ਰਾਬ ਦੀ ਗਲਾਸੀ ਨੇ ਕਿਸੇ ਨੇ ਪੀਤੀ ਹੋਵੇ ਨਾ ਆਖੋ ਵਾਹਿਗੁਰੂ, ਤੇ ਛਪਾਈ ਨੂੰ ਵੇਖ ਕੇ ਕੀ ਹੁੰਦਾ, ਉਤਰ ਜਾਂਦੀ ਕਿ ਨਹੀਂ? ਆਓ ਆਰਾ ਵੇਖ ਕੇ ਨੀ ਜਿਹੜੀ ਲੱਥੀ ਉਹ ਸ਼ਰਾਬ ਪੀਏ, ਰੰਬੀ ਵੇਖ ਕੇ ਜਿਹੜਾ ਨਸ਼ਾ ਨੀ ਲੱਥਾ ਉਹ ਨਸ਼ਾ ਕਰੀਏ, ਨਾਮ ਦਾ ਨਸ਼ਾ ਕਰੀਏ। ਉਹ ਬੱਚਾ ਆ ਜਾ ਬਈ ਲਾਲ ਭਾਗਲ ਆ ਗਏ ਮੇਰੇ, ਆ ਜਾਓ ਇਹਨੂੰ ਆਇਆ ਤੈਨੂੰ ਕਹਿਣ ਡਿਆ ਜਿਹੜਾ ਸੰਦਿਆ ਆ ਜਾ, ਨਹੀਂ ਆ ਅੱਗੇ ਤੈਨੂੰ ਕਿਹਾ, ਹਾਂ ਅੱਗੇ ਆ ਇਹਨੂੰ ਇਹਨੂੰ ਆ ਲਾਲ ਪੱਗ ਵਾਲਾ ਵੇਖ ਕੇ ਡਾ ਸੋਹਣਾ ਦਾੜੀ ਕੱਟੀ ਜਿਹਨੇ, ਤੈਨੂੰ ਕਿਉਂ ਨਹੀਂ ਪਤਾ ਲੱਗਦਾ? ਹਾਂ ਲਿਆਓ ਸਰੂਪਾ ਲਿਆਓ, ਸ੍ਰੀ ਅਕਾਲ ਸ੍ਰੀ ਅਕਾਲ ਅੱਜ ਤੋਂ ਸਿੱਖੀ ਧਾਰਨ ਇੱਧਰ ਮੱਥਾ ਟੇਕੋ, ਅੱਜ ਤੋਂ ਗੁਰੂ ਕੋਲੋਂ ਹੱਥ ਜੋੜ ਕੇ ਮੰਗੋ ਮਹਾਰਾਜ ਮੈਨੂੰ ਸਿੱਖੀ ਬਖਸ਼ੇ, ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ। ਹੋਰ ਕੋਈ ਗੁਰੂ ਕਾ ਸਿੱਖ ਜਿਹੜਾ ਇਸ ਤਰ੍ਹਾਂ ਦਾ ਬੈਠਾ ਪਾਈ ਜਿਹਨੇ ਕੇਸ ਕਟਾਏ ਨੇ, ਇਹ ਬੜਾ ਵੱਡਾ ਪਾਪ ਆ। ਹਾਂਜੀ ਹਾਂਜੀ ਆ ਜਾਓ ਜੀ, ਆ ਜਾਓ ਸਰਪੰਚ ਸਾਹਿਬ ਤੁਸੀਂ ਵੀ ਅੱਗੇ ਲਿਆਓ ਦਿਓ ਸਰੂਪਾ ਇਹਨਾਂ ਨੂੰ, ਨਹੀਂ ਨਹੀਂ ਆ ਗਏ ਫੜ ਕੇ ਤੇ ਲਿਆਉਣਗੇ। ਵਾਹਿਗੁਰੂ 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 ਅੰਮ੍ਰਿਤ ਛਕ ਲੈਣਾ, ਠੀਕ ਹੈ। ਸਿੰਘਣੀ ਆਈ ਤਾਂ ਇੱਥੇ ਸਿੰਘਣੀ ਆਈ ਇੱਥੇ ਬੁਲਾਓ ਜੀ ਬੁਲਾਓ, ਕਿੱਥੇ ਹੈ ਸਰਪੰਚਣੀ? ਆ ਜਾਓ ਜੀ ਆ ਜਾਓ ਅੱਗੇ ਆ ਜਾਓ, ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਕੇਸਕੀ ਵਾਲੀ ਮਾਤਾ ਨੂੰ ਭੇਜੋ, ਨਹੀਂ ਨਹੀਂ ਇੱਕ ਮਿੰਟ ਉਹਨਾਂ ਨੂੰ ਦਿਓ, ਉਹਨਾਂ ਨੂੰ ਦਿਓ ਮਾਤਾ ਜੀ ਆਓ। ਵਾਹਿਗੁਰੂ 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 ਅੰਮ੍ਰਿਤ ਛਕਣਾ, ਚੰਗਾ ਪੁੱਤ ਅੰਮ੍ਰਿਤਧਾਰੀ ਹੋਣਾ, ਗੁਰੂ ਕੇ ਸਿੱਖ ਬਣਨਾ। ਲਓ ਜੀ ਅੱਜ ਬਾਬਿਆਂ ਦਾ ਸ਼ਹੀਦੀ ਦਿਹਾੜਾ ਤਾਂ ਮਨਾਇਆ ਗਿਆ, ਹਾਂ ਜ਼ਿਲ੍ਹੇ ਬਣਨ ਨਹੀਂ ਸਿੱਖੀ ਦੀ ਲਹਿਰ ਤੁਰੀ। ਮੇਰਾ ਗੁਰੂ ਨਾਨਕ ਸਾਹਿਬ ਇੱਕ ਮਿੰਟ ਦੇ ਦਿਓ, ਮੇਰਾ ਗੁਰੂ ਨਾਨਕ ਸਾਹਿਬ ਜਿਹੜੇ ਇਲਾਕੇ 'ਚ ਜਾਂਦਾ ਸੀ ਨਾ ਉੱਥੋਂ ਦੇ ਮੋਹਤਬਰ ਨੂੰ ਫੜਦਾ ਸੀ, ਜਦੋਂ ਇੱਕ ਮੋਹਤਬਰ ਆ ਗਿਆ ਨਾ ਗੁਰੂ ਦੀ ਮਰਿਆਦਾ 'ਚ ਉਹ 10-15 ਬੰਦੇ 20 ਬੰਦਿਆਂ ਨੂੰ ਆਪਣੇ ਪ੍ਰਭਾਵ ਨਾਲ ਹੀ ਸਿੱਖੀ ਵਿੱਚ ਲੈ ਆਉ। ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਦੇ ਪੁੱਤਰਾਂ ਦੀ ਯਾਦ ਵਿੱਚ ਇਹ ਦੀਵਾਨ ਅੱਜ ਸੱਜੇ ਨੇ, ਸਾਹਿਬ ਸਾਰਿਆਂ ਨੂੰ ਸਿੱਖੀ ਦੀ ਦਾਤ ਬਖਸ਼ੇ। ਕਿਸੇ ਨੇ ਹੋਰ ਨੇ ਅੰਮ੍ਰਿਤ ਛਕਣਾ ਹੋਵੇ ਦੱਸੋ ਸਰੋਪਾ ਲੈ ਲਓ, ਬੀਬੀ ਉਹ ਭੈਣੋ ਬੱਚਿਓ ਤੁਹਾਡੇ ਵਿੱਚੋਂ ਕੋਈ ਹੋਰ ਗੁਰੂ ਕਾ ਸਿੱਖ ਹੋਵੇ ਜਿਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਛਕਣਾ ਹੈ, ਧੀ ਬਣਨਾ ਹੈ, ਗੁਰੂ ਗੋਬਿੰਦ ਸਿੰਘ ਦੀ ਧੀ ਬਣਨਾ ਹੈ, ਕੋਈ ਹੈ? ਉਹ ਪਿੱਛੇ ਗੱਲ ਤੇ ਤੁਰੀ ਆ। ਹਾਂਜੀ ਆ ਜੀ ਆਓ ਆਓ ਪੁੱਤਰ ਆਓ, ਵਾਹ ਕਿਆ ਵਾਹ ਸ੍ਰੀ ਅਕਾਲ ਸ੍ਰੀ ਅਕਾਲ ਸ੍ਰੀ ਅਕਾਲ। ਆ ਜਿਹੜੀ ਨਵੀਂ ਫੌਜ ਆ ਇਹਨਾਂ ਸਾਰਿਆਂ ਛਕਿਆ, ਆ ਵੀ ਆ ਬੱਚੇ ਚੰਗੀ ਆ ਸ੍ਰੀ ਅਕਾਲ ਆ ਬਣਿਆ ਆਨੰਦ, ਆ ਜਾ ਆ ਜਾ ਆ ਜਾ
ਵਾਹਿਗੁਰੂ 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 ਸਤਿ ਸ੍ਰੀ ਅਕਾਲ ਵੇਖੋ ਜੀ ਕਿਹੜਾ ਆਜੋ 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 ਗੁਰੂ ਕੇ ਸਿੱਖੋ ਆਜੋ ਬੀਬੀ ਓ ਬੱਚੀ ਓ ਤੁਹਾਡੇ ਚੋਂ ਘੱਟ ਵੋਟ ਆਈਆਂ ਆਓ ਮੇਰੀਆਂ ਧੀਆਂ ਜਿੰਨਾ ਕਿਸੇ ਨੇ ਅੰਮ੍ਰਿਤ ਛਕਣਾ ਅੱਛਾ ਠੀਕ ਹੈ ਠੀਕ ਹੈ ਨਹੀਂ ਜੀ ਤੂੰ ਛਕਿਆ ਪੁੱਤ ਚਸ਼ਮੇ ਵਾਲੀ ਨੇ ਆਜਾ 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 ਮੇਰੀ ਧੀ ਉੱਠ ਉਦੋਂ ਵੀ ਪੰਜਾਂ ਪਿਆਰਿਆਂ ਨੇ ਜਦੋਂ ਆਵਾਜ਼ ਮਾਰੀ ਇਸ ਤਰ੍ਹਾਂ ਹੀ ਉੱਠਦੇ ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ 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 ਸ੍ਰੀ ਅਕਾਲ ਸਤਿ ਚਲੋ ਬਹੁਤ ਹੋ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਇਆ ਕੀਤੀ ਮੇਰਾ ਆਉਣਾ ਵੀ ਸਫਲ ਹੋ ਗਿਆ ਤੁਹਾਡਾ ਆਉਣਾ ਵੀ ਇੱਥੇ ਸਫਲ ਹੋ ਗਿਆ ਸਫਲ ਹੋ ਗਈ ਯਾਤਰਾ ਤੁਹਾਡੀ ਤੇ ਮੇਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਇਆ ਕਰੇ ਅਗਲੇ ਵਾਰਾਂ ਵਿੱਚੋਂ ਆਵਾਜ਼ ਆਈ ਗੁਰੂ ਕੇ ਸਿੱਖ ਦੀ ਕਿਸੇ ਦੀ ਅਗਲੀ ਵਾਰ ਜਦੋਂ ਆਓਗੇ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੋਏ ਹੋਣ ਦੀਵਾਨ ਲੱਗਾ ਹੋਵੇ ਗੁਰੂ ਕਾ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੰਗਤ ਉਹ ਬੈਠੀ ਹੋਵੇ ਜਿਹਨਾਂ ਸਾਰਿਆਂ ਦੇ ਮੂੰਹ ਤੇ ਦਾੜੇ ਹੋਣ ਦਮਾਲੇ ਹੋਣ ਆਪਾਂ ਇਸ ਪਿੰਡ ਨੂੰ ਇੱਕ ਮਿਸਾਲ ਬਣਾ ਦਈਏ ਵੀ ਪੁਰਬ ਤੇ ਮਨਾਇਆ ਸੀ ਆਖੋ ਵਾਹਿਗੁਰੂ ਮਗਰ ਉਸ ਦਿਨ ਅਸੀਂ ਗੁਰੂ ਦੀ ਮੰਨੀ ਵੀ ਸੀ ਕੀ ਹੋਇਆ ਗੁਰੂ ਦੀ ਮੰਨੀ ਵੀ ਸੀ ਭੈਣੋ ਤੁਹਾਡੇ ਵੱਲੋਂ ਘੱਟ ਆਇਆ ਰਿਸਪੋਂਸ ਘਰ ਜਾ ਕੇ ਮੇਰੀਆਂ ਧੀਆਂ ਸਲਾਹ ਕਰਿਓ ਵੀ ਹੁਣ ਬੀਤ ਜਹੈ ਜਨਮ ਅਕਾਜ ਰੇ ਕਿਤੇ ਅਕਾਜ ਹੀ ਨਾ ਬੀਤ ਜਾਵੇ ਜਨਮ ਇਹਨੂੰ ਸਫਲ ਕਰ ਲਓ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਬਣ ਜਾਓ ਗਾਤਰੇ ਤੁਹਾਡੇ ਗਲਾਂ 'ਚ ਹੋਣ ਤੁਹਾਡੇ ਸਿਰਾਂ ਦੇ ਉੱਤੇ ਦਮਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੋਣ ਤੁਹਾਨੂੰ ਸਾਰਿਆਂ ਨੂੰ ਸਤਿਗੁਰੂ ਸਿੱਖੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ